12 ਸਾਲ ਇਸ ਮਹੱਲ ਨੂੰ ਬਣਨ ਵਾਸਤੇ ਲੱਗੇ। ਢਾਲ ਦੀ ਆਪਾਂ ਗੱਲ ਕੀਤੀ ਸੀ, ਬੰਦੂਕ ਦੀ ਕੀਤੀ ਸੀਗੀ, ਗੁਰਜ ਦੀ ਕੀਤੀ ਸੀ, ਤੇ ਚੌਥਾ ਵਰਸ਼ਾ ਸੀਗਾ, ਬੰਦੇ ਦੇ ਸਿਰ ਤੋਂ ਉੱਤੇ ਚਲੀ ਜਾਂਦੀ ਤਾਰ। ਹੁਣ ਜਿਹੜਾ ਪੂਰਾ ਸ਼ਸਤਰ ਹੈ ਸੰਗਤ ਜੀ, ਇਹ 59 ਇੰਚ ਹੈ, 170 ਕਮਰੇ, ਜਿਹਦੇ ਵਿੱਚ ਸਿਰਫ 2 ਜਾਣੇ ਰਾਜਾ ਤੇ ਰਾਣੀ ਰਹਿੰਦੇ ਸੀ। ਕਿ ਇਹ 5 ਕਲਾ ਸ਼ਸਤਰ ਇੱਥੇ ਪਹੁੰਚਿਆ ਕਿਵੇਂ? ਉਸ ਸਮੇਂ 1,80,000 ਪਾਉਂਡ ਇਹਦੇ ਉੱਤੇ ਲੱਗਾ ਸੀ। ਇਸ ਸ਼ਸਤਰ ਦੇ ਦਰਸ਼ਨ ਜੇ ਸੰਗਤ ਨੇ ਖੁੱਲ੍ਹੇ ਕਰਨੇ ਹੋਣ, ਬੜੇ ਹੀ ਸਾਲਾਂ ਦੀ ਜਿਹੜੀ ਰੀਝ ਸੀਗੀ ਅੱਜ ਪੂਰੀ ਹੋ ਗਈ। ਅਸੀਂ ਖੜ੍ਹੇ ਹਾਂ ਜੀ ਬੜੌਦਾ ਸ਼ਹਿਰ ਗੁਜਰਾਤ ਦੇ ਵਿੱਚ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ 5 ਕਲਾ ਸ਼ਸਤਰ ਆਪਾਂ ਸਾਰਿਆਂ ਨੇ ਸੁਣਿਆ ਹੈ ਇਤਿਹਾਸ ਦੇ ਵਿੱਚ। ਰਾਜਾ ਰਤਨ ਰਾਏ ਜਿਹੜਾ ਅਸਾਮ ਦਾ ਰਾਜਾ ਸੀ, ਜਿਹੜੀ ਹੁਣ ਤ੍ਰਿਪੁਰਾ ਸਟੇਟ ਹੈ ਇੰਡੀਆ ਦੀ, ਉੱਥੋਂ ਦਾ ਰਾਜਾ ਰਤਨ ਰਾਏ ਜਦੋਂ ਕਲਗੀਧਰ ਪਿਤਾ ਜੀ ਦੇ ਦਰਸ਼ਨ ਕਰਨ ਸ੍ਰੀ ਅਨੰਦਪੁਰ ਸਾਹਿਬ ਆਇਆ ਸੀ, ਤਾਂ ਉਹ ਆਪਣੇ ਨਾਲ ਇੱਕ ਖਾਸ ਬਣਵਾ ਕੇ 5 ਕਲਾ ਸ਼ਸਤਰ ਲੈ ਕੇ ਆਇਆ ਸੀ। ਪ੍ਰਸ਼ਾਦੀ ਹਾਥੀ, ਗੁਰੂ ਸਾਹਿਬ ਜੀ ਲਈ ਕਲਗੀ, ਪੀੜੀ, ਹੋਰ ਬਹੁਤ ਸਾਰਾ ਸਮਾਨ ਕਲਗੀਧਰ ਪਿਤਾ ਜੀ ਦੀ ਹਜ਼ੂਰੀ 'ਚ ਲੈ ਕੇ ਪਹੁੰਚਿਆ ਸੀ। ਹੁਣ ਅਸੀਂ ਬੜੌਦਾ ਸ਼ਹਿਰ ਦੇ ਵਿੱਚ ਖੜ੍ਹੇ ਹਾਂ ਜੀ, ਗੁਜਰਾਤ ਦੇ ਵਿੱਚ, ਅਤੇ ਸ਼ਹਿਰ ਦੇ ਬਿਲਕੁਲ ਵਿਚਕਾਰ ਇਹ ਇੱਕ ਮਹੱਲ ਹੈ ਜਿਹੜਾ ਪਿੱਛੇ ਤੁਹਾਨੂੰ ਦਿਖਾਈ ਦੇ ਰਿਹਾ ਹੈ। ਇਹ ਗਾਇਕਵਾੜ ਜਿਹੜੀ ਰਾਜਸ਼ਾਹੀ ਇੱਥੇ ਘਰਾਣਾ ਹੋਇਆ ਹੈ, ਉਹਨਾਂ ਦਾ ਇਹ ਮਹੱਲ ਹੈ। 1878 ਦੇ ਵਿੱਚ ਬਣਨਾ ਸ਼ੁਰੂ ਹੋਇਆ ਅਤੇ 12 ਸਾਲ ਇਸ ਮਹੱਲ ਨੂੰ ਬਣਨ ਵਾਸਤੇ ਲੱਗੇ, 1890 ਦੇ ਵਿੱਚ ਕੰਪਲੀਟ ਹੋਇਆ। ਸੋ ਹੁਣ ਤਕਰੀਬਨ ਇਹਨੂੰ 122-123 ਸਾਲ ਹੋ ਗਏ ਕੰਪਲੀਟ ਹੋਏ। ਉਸ ਸਮੇਂ 1,80,000 ਪਾਉਂਡ ਇਹਦੇ ਉੱਤੇ ਲੱਗਾ ਸੀ। ਇਹ ਘਰ ਮੰਨਿਆ ਜਾਂਦਾ ਹੈ ਕਿ ਅੱਜ ਵੀ ਇੰਡੀਵਿਜੁਅਲ ਇੰਡੀਆ ਵਿੱਚ ਸਭ ਤੋਂ ਵੱਡਾ ਕਿਸੇ ਦਾ ਘਰ ਹੈ। ਹੁਣ ਇਹਦੇ ਵਿੱਚ 170 ਕਮਰੇ ਦੱਸਦੇ ਹਨ, 170 ਕਮਰੇ, ਜਿਹਦੇ ਵਿੱਚ ਸਿਰਫ 2 ਜਾਣੇ ਰਾਜਾ ਤੇ ਰਾਣੀ ਰਹਿੰਦੇ ਸਨ। ਇਹ ਮਹੱਲ ਤਾਂ ਬਹੁਤ ਵੱਡਾ ਹੈ। ਅੱਜ ਅਸੀਂ ਇੱਥੇ ਮਿਊਜ਼ੀਅਮ ਦੇ ਅੰਦਰ ਗਏ ਸੀ, ਦਰਸ਼ਨ ਕਰਕੇ ਆਏ ਹਾਂ ਉਹ 5 ਕਲਾ ਸ਼ਸਤਰ। ਅੱਜ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ ਮਹਾਰਾਜ ਇੱਥੇ ਲੈ ਕੇ ਆਏ, ਤੇ ਅੱਜ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਕਲਗੀਧਰ ਜੀ ਦੇ ਹੱਥਾਂ ਦੀ ਉਹ ਸ਼ੋਅ ਪ੍ਰਾਪਤ ਪਵਿੱਤਰ 5 ਕਲਾ ਸ਼ਸਤਰ ਦੇ ਦਰਸ਼ਨ ਕਰਨ ਨੂੰ ਮਿਲੇ। ਸੰਗਤ ਜੀ, 5 ਕਲਾ ਸ਼ਸਤਰ ਦਾ ਮਤਲਬ ਹੈ ਕਿ ਉਹ ਵੇਖਣ ਨੂੰ ਤਾਂ ਇੱਕ ਸ਼ਸਤਰ ਲੱਗਦਾ ਹੈ, ਪਰ ਅਸਲ ਵਿੱਚ ਉਹਦੇ ਵਿੱਚ 5 ਸ਼ਸਤਰ ਹਨ। ਕਿਉਂਕਿ ਸ਼ਸਤਰ ਜਿਹੜਾ ਹੈ ਉਹ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਹੈ, ਇਸ ਵੇਲੇ ਬਾਹਰ ਤਾਂ ਦੇਖ ਨਹੀਂ ਸਕਦੇ, ਪਰ ਅਸੀਂ ਬਾਹਰੀ ਤੌਰ ਦੇ ਉੱਤੇ ਸਭ ਤੋਂ ਥੱਲੇ ਉਹਦੇ ਉੱਤੇ ਇੱਕ ਗੋਲ ਢਾਲ ਲੱਗੀ ਹੋਈ ਹੈ। ਢਾਲ ਹੈ, ਫਿਰ ਇੱਕ ਰੋਡ ਉੱਪਰ ਨੂੰ ਜਾਂਦਾ ਹੈ ਸ਼ਸਤਰ ਦਾ, ਅਤੇ ਜਿਹੜਾ ਰੋਡ ਜਿੱਥੇ ਜਾ ਕੇ ਖਤਮ ਹੁੰਦਾ ਹੈ ਉੱਥੇ ਉਹ ਗੁਰਜ ਹੈ। ਸੋ ਪਹਿਲਾ ਸ਼ਸਤਰ ਢਾਲ, ਦੂਜਾ ਸ਼ਸਤਰ ਗੁਰਜ, ਅਤੇ ਤੀਜਾ ਗੁਰਜ ਦੇ ਲਾਗੇ ਹੀ ਇੱਕ ਸ਼ਸਤਰ ਲੱਗਾ ਹੈ, ਤਕਰੀਬਨ ਉਹ 1.5 ਫੁੱਟ ਲੰਮਾ ਵਰਸ਼ਾ ਬਣ ਜਾਂਦਾ ਹੈ, ਅਤੇ ਚੌਥਾ ਸ਼ਸਤਰ ਅਸਲ ਦੇ ਵਿੱਚ ਉਹੋ ਜਿਹੜੀ ਨਾਲੀ ਹੈ ਉਹਦੇ ਵਿੱਚ ਉਹ ਬੰਦੂਕ ਦੀ ਨਾਲੀ ਵੀ ਹੈ, ਤਾਂ ਉੱਤੋਂ ਬੰਦੂਕ ਦੀ ਗੋਲੀ ਚੱਲਦੀ ਹੈ, ਅਤੇ ਢਾਲ ਵਾਲੇ ਪਾਸੇ ਢਾਲ ਦੇ ਓਹਲੇ ਹੀ ਜਿਹੜੀ ਬੰਦੂਕ ਦਾ ਘੋੜਾ ਹੁੰਦਾ ਹੈ ਜਿਹੜਾ ਉਹ ਹੈ। ਸੋ ਇਹ ਹੋ ਗਏ ਜੀ 4 ਸ਼ਸਤਰ। ਹੁਣ 5ਵਾਂ ਸ਼ਸਤਰ ਅੱਖਾਂ 'ਚ ਵੇਖਣ ਦੇ ਨਾਲ ਪਤਾ ਨਹੀਂ ਲੱਗਦਾ, ਜਿਹੜੇ ਇੱਥੇ ਹਨ ਉਹਨਾਂ ਨੂੰ ਅਸੀਂ ਪੁੱਛਿਆ, ਉਹਨਾਂ ਨੇ ਫੋਨ ਲਾ ਕੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ, 5ਵੇਂ ਸ਼ਸਤਰ ਬਾਰੇ ਸਾਨੂੰ ਕੋਈ ਨਹੀਂ ਦੱਸ ਸਕਿਆ। ਅਸੀਂ ਜਿੰਨਾ ਆਪਣੀਆਂ ਅੱਖਾਂ ਦੇ ਨਾਲ ਐਨਾਲਿਸਿਸ ਕਰਕੇ ਅਜੇ ਤੱਕ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਬਹੁਤ ਸਾਰੇ ਜਦੋਂ ਸ਼ਸਤਰ ਤਿਆਰ ਹੁੰਦੇ ਸਨ ਉਹਨਾਂ ਦੇ ਵਿੱਚ ਇੱਕ ਗੁਪਤ ਸ਼ਸਤਰ ਹੁੰਦਾ ਸੀ। ਹੋ ਸਕਦਾ ਇਹਦੇ ਵਿੱਚ ਕੋਈ ਗੁਪਤ ਸ਼ਸਤਰ ਹੋਵੇ, ਕਿ ਇੱਕ ਹੋਰ ਮਿਊਜ਼ੀਅਮ ਹੈ ਲਾਗੇ ਜਿੱਥੋਂ ਸ਼ਾਇਦ ਸਾਨੂੰ ਇਸ ਸ਼ਸਤਰ ਬਾਰੇ ਜ਼ਿਆਦਾ ਜਾਣਕਾਰੀ ਮਿਲ ਜਾਏ। ਸੋ ਆਪਾਂ ਹੁਣ ਕੀ ਕਰਦੇ ਹਾਂ, ਉੱਥੇ ਜਾਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਮਦਦ ਹੋ ਸਕੇ। ਹੁਣ ਇਹ ਮਹੱਲ ਬਹੁਤ ਸੋਹਣਾ ਹੈ ਜੀ, ਮਹੱਲ ਦੇ ਸਾਹਮਣੇ ਲਾਈਟਾਂ ਲੱਗਣੀਆਂ, ਪੱਥਰ ਲੱਗਣਾ, ਇਹ ਵਿਦੇਸ਼ਾਂ ਤੋਂ ਬਹੁਤ ਸਾਰਾ ਸਮਾਨ ਉਹਨਾਂ ਸਮਿਆਂ 'ਚ ਲਿਆ ਕੇ ਲਾਇਆ ਗਿਆ ਸੀ। ਮੇਨ ਜਿਹੜਾ ਤੁਸੀਂ ਪੱਥਰ ਦੇਖ ਰਹੇ ਹੋ ਬਰਾਊਨ ਜਾਂ ਰੈਡਿਸ਼ ਬਰਾਊਨ ਕਲਰ ਦਾ, ਉਹ ਜ਼ਿਆਦਾ ਆਗਰੇ ਵੱਲੋਂ ਆਇਆ ਦੱਸਿਆ ਜਾਂਦਾ ਹੈ। ਮਹੱਲ ਹੈ, ਮਹੱਲ ਦੇ ਸਾਹਮਣੇ ਇੱਧਰ ਵੱਡਾ ਸਾਰਾ ਜਿਹੜਾ ਹੈ ਗੋਲਫ ਕੋਰਸ ਬਣਿਆ ਹੈ, ਹਰਿਆਲੀ ਬਹੁਤ ਸੋਹਣੀ ਹੈ, ਸੁੰਦਰਤਾ ਇੱਥੇ ਬਹੁਤ ਸੋਹਣੀ ਹੈ, ਪਰ ਸਾਡੀ ਮੰਜ਼ਿਲ 5 ਕਲਾ ਸ਼ਸਤਰ ਹੈ। ਸੋ ਆਪਾਂ ਹੁਣ 5 ਕਲਾ ਸ਼ਸਤਰ ਦੀ ਬਾਕੀ ਜਾਣਕਾਰੀ ਇਕੱਠੀ ਕਰਨ ਵਾਸਤੇ ਚੱਲਦੇ ਹਾਂ। ਆਪਣਾ ਅੱਜ ਕੱਲ੍ਹ ਵੀ ਪੰਜਾਬ 'ਚ ਵੀ ਬਹੁਤ ਰੌਲਾ ਪੈਂਦਾ ਵਾ ਕਿ ਜਦੋਂ ਡੋਰ ਚਾਈਨਾ ਡੋਰ ਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਜਾਨਾਂ ਦਾ। ਆਹ ਵੇਖੋ ਗੁਜਰਾਤ ਦੇ ਵਿੱਚ ਕੀ ਕੀਤਾ ਹੈ, ਮੋਟਰਸਾਈਕਲਾਂ ਦੇ ਉੱਤੇ ਤਾਰ ਲਾਉਂਦੇ ਆ ਜੀ, ਆਹ ਦੇਖੋ ਬੰਦੇ ਦੇ ਸਿਰ ਤੋਂ ਉੱਤੇ ਚਲੀ ਜਾਂਦੀ ਤਾਰ।
ਜੇ ਡੋਰ ਆ ਵੀ ਜਾਵੇ ਤੇ ਤਾਰ ਇਤੋਂ ਖਿਸਕ ਕੇ ਸਿਰ ਦੇ ਉੱਤੋਂ ਦੀ ਚਲੀ ਜਾਏਗੀ। ਬਹੁਤ ਸਾਰੇ ਮੋਟਰਸਾਈਕਲ ਅਸੀਂ ਵੇਖੇ ਆ, ਬੜੌਦਾ ਸ਼ਹਿਰ ਚ ਖਲੋਤੇ ਆ ਆਪਾਂ, ਵੀ ਕਿੰਨੇ ਮੋਟਰਸਾਈਕਲਾਂ ਦੇ ਉੱਤੇ ਇਦਾਂ ਹੋ ਰਿਹਾ। ਸੰਗਤ ਜੀ ਬਹੁਤ ਖੁਸ਼ੀ ਹੋ ਰਹੀ ਹੈ, ਇਹ ਗੱਲ ਦੱਸਦੇ ਆ ਕਿ ਉਹ ਇਨਫੋਰਮੇਸ਼ਨ ਜਿਹੜੀ ਅਸੀਂ ਲੰਮੇ ਸਮੇਂ ਤੋਂ ਲੱਭ ਰਹੇ ਸੀ ਉਹ ਮਿਲ ਗਈ ਹੈ। ਅਸੀਂ ਉਸ ਮਿਊਜ਼ੀਅਮ ਤੋਂ ਲੱਗ ਗਏ ਮਹਾਰਾਜਾ ਫਤਿਹ ਸਿੰਘ ਮਿਊਜ਼ੀਅਮ, ਉੱਥੇ ਆਏ, ਉੱਥੇ ਫਿਰ ਸਾਨੂੰ ਇੱਕ ਬੁੱਕ ਦੇ ਵਿੱਚੋਂ ਇਹ ਬਿਲਕੁਲ ਅਥੈਂਟਿਕ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਪੰਜ ਕਲਾ ਸ਼ਸਤਰ ਦੇ ਵਿੱਚ ਪੰਜ ਸ਼ਸਤਰ ਕਿਹੜੇ ਹਨ। ਢਾਲ ਦੀ ਆਪਾਂ ਗੱਲ ਕੀਤੀ ਸੀ, ਬੰਦੂਕ ਦੀ ਕੀਤੀ ਸੀਗੀ, ਗੁਰਜ ਦੀ ਕੀਤੀ ਸੀ, ਅਤੇ ਚੌਥਾ ਵਰਸ਼ਾ ਸੀਗਾ। ਪੰਜਵਾਂ ਅਸੀਂ ਕਹਿ ਰਹੇ ਸੀ ਗੁਪਤ ਸ਼ਸਤਰ ਹੈ, ਉਹ ਸੱਚ ਨਿਕਲਿਆ ਹੈ। ਹੁਣ ਪਤਾ ਲੱਗਾ ਹੈ ਕਿ ਉਹਦੇ ਵਿੱਚ 1 ਫੁੱਟ ਲੰਮੀ ਕਿਰਪਾਨ ਹੈ, ਛੋਟੀ 1 ਫੁੱਟ ਲੰਮਾ ਗੁਪਤ ਸ਼ਸਤਰ ਕਿਰਪਾਨ ਹੈ। ਹੁਣ ਜਿਹੜਾ ਪੂਰਾ ਸ਼ਸਤਰ ਹੈ ਸੰਗਤ ਜੀ, ਇਹ 59 ਇੰਚ ਹੈ। ਜਦੋਂ ਪੂਰਾ ਵਰਸ਼ਾ ਖੁੱਲ੍ਹ ਜਾਂਦਾ ਹੈ 49 ਇੰਚਿਸ, ਜਿਹੜਾ ਕਿ 4 ਫੁੱਟ ਅਤੇ 1 ਇੰਚ ਬਣਦਾ ਹੈ। ਸੋ ਦੇਖਿਆ ਜਾਵੇ ਤਾਂ ਜ਼ਮੀਨ ਤੋਂ ਤਕਰੀਬਨ ਇੰਨੀ ਲੰਬਾਈ ਹੋ ਜਾਂਦੀ ਹੋਏਗੀ ਇਸ ਸ਼ਸਤਰ ਦੀ ਪੂਰੀ। ਇਹ ਸ਼ਸਤਰ ਸਾਰਾ ਸਟੀਲ ਦਾ ਬਣਿਆ ਹੋਇਆ ਹੈ ਔਰ ਇੱਥੇ ਲਿਖਿਆ ਹੈ ਕਿ 217.5 ਤੋਲਾ ਹੋਰ ਇਹਦੇ ਅਸੀਂ ਕਿਲੋਗ੍ਰਾਮ ਬਣਾਏ, ਇਹ 2.5 ਕਿਲੋ ਇਹਦਾ ਭਾਰ ਟੋਟਲ ਬਣਦਾ ਹੈ ਜੀ ਸ਼ਸਤਰ ਦਾ। ਇੱਥੇ ਮਿਊਜ਼ੀਅਮ 'ਚ ਮਾਤਾ ਜੀ ਜਿਹੜੇ ਮਿਲੇ ਸੀ, ਜਿਹੜੇ ਇੱਥੇ ਦੇ ਮੇਨ ਹਨ, ਉਹ ਵੀ ਕਹਿੰਦੇ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ਼ੋਅ ਪ੍ਰਾਪਤ ਇਹ ਸ਼ਸਤਰ ਇਹਨਾਂ ਕੋਲ ਇੱਥੇ ਪਿਆ ਹੈ। ਹੁਣ ਇਹਨਾਂ ਨੇ ਲਿਖਿਆ ਹੈ ਕਿ ਜਿਹੜੀ ਢਾਲ ਹੈ ਨਾ ਉਹਦੀ ਜਿਹੜਾ ਡਾਇਆਮੀਟਰ ਹੈ 8.25 ਇੰਚ ਔਰ ਢਾਲ ਦੇ ਉੱਤੇ ਚੰਦਰਮਾ ਅਤੇ ਸੂਰਜ ਵੀ ਬਣਿਆ ਹੋਇਆ ਹੈ, ਬਾਕੀ ਉਹਦੇ ਉੱਤੇ ਹੋਰ ਕੁਛ ਨਹੀਂ ਲਿਖਿਆ ਹੈ। ਅਤੇ ਜਿਹੜੀ ਬੰਦੂਕ ਹੈ ਉਹਦੀ ਨਾਲੀ ਦੀ ਲੰਬਾਈ 23 ਇੰਚ ਲਿਖੀ ਹੋਈ ਹੈ ਅਤੇ ਜਿਹੜਾ ਸ਼ਸਤਰ ਅੱਗੇ ਦੱਸ ਦਿੱਤਾ ਗੁਪਤ ਸ਼ਸਤਰ 12 ਇੰਚ ਲੰਮਾ ਹੈ ਅਤੇ ਜਿਹੜਾ ਵਰਸ਼ਾ ਹੈ ਨਾ ਉਹ 20.5 ਇੰਚ ਲੰਮਾ ਹੈ ਔਰ ਤਕਰੀਬਨ 1 ਇੰਚ ਚੌੜਾ ਉਹਦਾ ਬਲੇਡ ਹੈ। ਸੋ ਇਹ ਪੰਜ ਕਲਾ ਸ਼ਸਤਰ ਜਿਹੜਾ ਸਟੀਲ ਦਾ ਬਣਿਆ ਹੋਇਆ ਹੈ ਇੱਥੇ ਹੈ। ਜਦੋਂ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਪੰਜ ਕਲਾ ਸ਼ਸਤਰ ਇੱਥੇ ਪਹੁੰਚਿਆ ਕਿਵੇਂ, ਉਹਦੇ ਬਾਰੇ ਬਹੁਤ ਸਾਰੀ ਸਾਨੂੰ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ, ਪਰ ਪਤਾ ਲੱਗਾ ਹੈ ਕਿ ਇੱਕ ਮਾਣਕ ਰਾਓ ਨਾਂ ਦੇ ਇੱਕ ਮਨੁੱਖ ਸਨ ਇੱਥੇ 1870 ਦੇ ਕਰੀਬ, ਜਿਹੜੇ ਇੱਥੇ ਅਖਾੜਾ ਚਲਾਉਂਦੇ ਸਨ, ਕੁਸ਼ਤੀਆਂ ਸਿਖਾਉਂਦੇ ਸਨ, ਉਹਨਾਂ ਨੂੰ ਬਹੁਤ ਸ਼ੌਂਕ ਸੀ ਸ਼ਸਤਰ ਇਕੱਠੇ ਕਰਨ ਦਾ। ਉਹਨਾਂ ਦੇ ਕੋਲ ਇਹ ਸ਼ਸਤਰ ਆਇਆ 1941 ਦੇ ਕਰੀਬ, ਜਦੋਂ ਇਹ ਸਾਰਾ ਸ਼ਸਤਰਾਂ ਵਾਲਾ ਸਥਾਨ ਬਣਾਇਆ ਗਿਆ ਤਾਂ ਉਦੋਂ ਇਹ ਸ਼ਸਤਰ ਉਹਨਾਂ ਨੇ ਹੀ ਇੱਥੇ ਰੱਖਿਆ ਸੀ। ਅੱਜ ਤੁਹਾਨੂੰ ਦੱਸ ਨਹੀਂ ਸਕਦੇ ਕਿ ਅੰਦਰੋਂ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਕਲਗੀਧਰ ਪਿਤਾ ਜੀ ਦੇ ਪੰਜ ਕਲਾ ਸ਼ਸਤਰ, ਜਿਹਦੀ ਅਸੀਂ ਬਚਪਨ ਤੋਂ ਹੀ ਕਥਾ ਦੇ ਵਿੱਚ ਸੁਣਦੇ ਆਏ ਹਾਂ ਕਿ ਰਾਜਾ ਰਤਨ ਰਾਏ ਆਇਆ ਸੀ ਅਤੇ ਪੰਜ ਕਲਾ ਸ਼ਸਤਰ ਲੈ ਕੇ ਆਇਆ ਸੀ, ਅੱਜ ਉਸਦੇ ਸਾਨੂੰ ਦਰਸ਼ਨ ਹੋ ਗਏ, ਸਾਡੇ ਧੰਨ ਭਾਗ ਹੋ ਗਏ। ਇਸ ਸ਼ਸਤਰ ਦੇ ਦਰਸ਼ਨ ਜੇ ਸੰਗਤ ਨੇ ਖੁੱਲ੍ਹੇ ਕਰਨੇ ਹੋਣ ਤਾਂ ਸਾਲ ਵਿੱਚ 1 ਵਾਰੀ ਇਸ ਮਿਊਜ਼ੀਅਮ ਤੋਂ ਲਿਜਾ ਕੇ, ਜਿਹੜਾ ਗੁਜਰਾਤ ਬੜੌਦਾ ਦੇ ਵਿੱਚ ਗੁਰਦੁਆਰਾ ਨਾਨਕਵਾੜੀ ਸਾਹਿਬ ਹੈ, ਉੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਖੁੱਲ੍ਹੇ ਦਰਸ਼ਨ ਕਰਾਏ ਜਾਂਦੇ ਹਨ। ਸੰਗਤ ਜੀ ਇਹ ਵੀਡੀਓ ਸ਼ੇਅਰ ਕਰਦਿਆਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਆਪ ਜੀ ਨੇ ਵੀ ਇਹ ਵੀਡੀਓ ਹੋਰ ਸ਼ੇਅਰ ਕਰਨੀ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਕਲਗੀਧਰ ਪਿਤਾ ਜੀ ਦੀ ਇਸ ਰਹਿਮਤ ਦਾ, ਇਸ ਪਿਆਰੇ ਪਿਆਰੇ ਸ਼ਸਤਰ ਦੀ ਸਾਂਝ ਪੈ ਸਕੇ। ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਸਬਸਕ੍ਰਾਈਬ ਜ਼ਰੂਰ ਕਰੋ, ਹੋਰ ਭੈਣ ਭਰਾਵਾਂ ਨੂੰ ਦੱਸੋ, ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫ਼ੀ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।